ਸ਼ੈਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਵਾਰੀ ਵਾਰੀ ਅਸੀਂ ਸਹੁਰੇ ਹਾਂ ਸਾਰਿਆਂ ਬੇਲੀਆਂ ਦੇ ਕੋਲੋਂ ਜਿਹੜੀਆਂ ਵਾ ਉਹ ਗੱਲਾਂ ਸਾਂਝੀਆਂ ਕਰਦੇ ਹਾਂ ਉਹਨਾਂ ਦੇ ਐਕਸਪੀਰੀਅੰਸ ਦੇ ਮੁਤਾਬਿਕ। ਮੇਰੇ ਨਾਲ ਪਾਕਿਸਤਾਨ ਆਰਮੀ ਦਾ ਇੱਕ ਹੋਰ ਹੀਰਾ ਜਿਹਨੇ ਸਾਊਥ ਅਫਰੀਕਾ ਦਾ ਵੀ ਜਿਹੜਾ ਟੂਰ ਕੱਟਿਆ ਵਾ, ਅੱਲਾਹ ਪਾਕ ਨੇ ਉਸ ਵੀਰੇ ਨੂੰ ਬੜੀ ਇੱਜ਼ਤ ਦਿੱਤੀ ਅਤੇ ਇਹਨੂੰ ਅਕਸਰ ਮੈਦਾਨਾਂ ਦੇ ਵਿੱਚ ਗੂੰਜ 'ਚ ਕਿਹਾ ਜਾਂਦਾ ਹੈ ਸਾਹੀਵਾਲ ਦਾ ਮੁਸ਼ਰਫ ਆ, ਅਤੇ ਬਾਕੀ ਇਹਦਾ ਨਾਮ ਵੀ ਵੀਰੇ ਦਾ ਮੁਸ਼ਰਫ ਹੀ ਆ, ਅਤੇ ਪਿਆਰ ਦੇ ਨਾਲ ਇਹਨੂੰ ਮੋਹਸਨ ਸ਼ਾਹ ਦੇ ਨਾਂ ਤੋਂ ਸਾਹੀਵਾਲ 'ਚ ਯਾਦ ਕੀਤਾ ਜਾਂਦਾ। ਉਹ ਇਹਦੇ ਨਾਲ ਪਿਆਰ ਦੇ ਨਾਲ ਨਿੱਕ ਨੇਮ ਜਿਹੜਾ ਇਹਨਾਂ ਦਾ ਮੋਹਸਨ ਸ਼ਾਹ ਵਾ, ਆਰਮੀ ਦੇ ਵਿੱਚ ਇਹਨਾਂ ਦਾ ਮਾਨ ਤਰਾਨ ਜਿਹੜਾ ਬਣਿਆ ਆ ਉਹ ਮੁਸ਼ਰਫ ਦੇ ਨਾਮ ਤੋਂ ਆ, ਅਤੇ ਉਹਨਾਂ ਦੇ ਨਾਲ ਆ ਸਾਡੇ ਬਾਈ ਮੋਹਸਨ ਸ਼ਾਹ ਸਾਹਿਬ। ਇਹ ਜੈਨੂਇਨ ਮੋਹਸਨ ਸ਼ਾਹ ਸਾਹਿਬ ਨੇ, ਇਹ ਵੀ ਸਾਹੀਵਾਲ ਦੀ ਧਰਤੀ ਦਾ ਬੜਾ ਸੋਹਣਾ ਨੌਜਵਾਨ ਆ, ਬੜਾ ਸੋਹਣਾ ਰੇਡਰ ਆ। ਸਾਹੀਵਾਲ ਦੇ ਨੌਜਵਾਨਾਂ ਦੇ ਵਿੱਚੋਂ ਅਗਰ ਕੋਈ ਰੇਡਰ ਵੀ ਪਸੰਦ ਆ ਜਾਂ ਕੋਈ ਜਾਫੀ ਵੀ ਪਸੰਦ ਆ ਤਾਂ ਮੈਨੂੰ ਭਾਈ ਮੋਹਸਨ ਛੋਟਾ ਪਸੰਦ ਆ, ਬਹੁਤ ਸੋਹਣਾ ਪਲੇਅਰ ਆ, ਮੈਂ ਆਪ ਇਹਨਾਂ ਦੇ ਨਾਲ ਖੇਡਦਾ ਰਹਿੰਦਾ, ਬੜਾ ਅੱਛਾ ਪਲੇਅਰ ਆ। ਆਓ ਭਾਈ ਮੋਹਸਨ ਦੇ ਨਾਲ ਕੋਈ ਗੱਲਾਂ ਬਾਤਾਂ ਸਾਂਝੀਆਂ ਕਰਦੇ। ਭਾਈ ਮੁਸ਼ਰਫ ਦੇ ਨਾਲ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਭਾਈ ਮੁਸ਼ਰਫ, ਕੀ ਹਾਲ ਚਾਲ ਆ ਤੁਹਾਡਾ? ਠੀਕ ਅਲਹਮਦੁਲਿਲਾਹ, ਆਪਕਾ ਸ਼ੁਕਰੀਆ ਅਦਾ ਬਿਲਕੁਲ। ਤੁਹਾਨੂੰ ਭਾਅ ਜੀ ਕਿੱਥੇ ਕੌਡੀ ਦਾ ਸ਼ੌਕ ਪਿਆ? ਭਾਈ ਮੇਰਾ ਗਾਉਂ ਹੈ ਚੀਚਾ ਵਤਨੀ, ਨਾਲ ਪਿੰਡ 114-12। ਫਿਲਹਾਲ ਮੈਂ ਇੱਥੇ ਆ ਗਿਆ ਭਾਈ ਦਾ ਨੌਕਰੀ ਜੋਬ ਲੱਗੀ ਸਿਵਲ ਹੋਸਪਿਟਲ, ਅਤੇ ਇੱਥੇ ਉਹਦੀ ਵਜ੍ਹਾ ਤੋਂ ਆਉਣਾ ਪੈ ਗਿਆ ਸਾਨੂੰ। ਫਿਰ ਇੱਥੇ ਸਟਾਰਟ ਕੀਤੀ ਹੈ ਗੇਮ ਕਬੱਡੀ ਦੀ ਸਾਹੀਵਾਲ ਉਸਤਾਦ ਸ਼ਾਹਦ ਇਕਬਾਲ ਜੱਟ ਕੋਲ ਸਾਹਿਬ ਕੋਲ। ਮਾਸ਼ਾਅੱਲਾ ਜੀ, ਉਸਤਾਦ ਸ਼ਾਹਦ ਇਕਬਾਲ ਜੱਟ ਸਾਹਿਬ ਦੇ ਸ਼ਾਗਿਰਦ ਨੇ ਅਤੇ ਪਾਕਿਸਤਾਨ ਆਰਮੀ ਦੇ ਨਾਲ ਆਪਦਾ ਤਲਕ ਆ। ਸਰ ਜੀ, ਤੁਹਾਡਾ ਕੋਈ ਐਸਾ ਮੌਕਾ ਆਇਆ ਹੋਵੇ ਜਿੱਥੇ ਤੁਸੀਂ ਕੋਈ ਐਸਾ ਕੰਮ ਕੀਤਾ ਹੋਵੇ ਅਤੇ ਉਸਤਾਦ ਸਭ ਤੋਂ ਜ਼ਿਆਦਾ ਤੁਹਾਡੇ 'ਤੇ ਗੁੱਸੇ ਹੋਏ ਹੋਣ, ਅਤੇ ਉਹ ਲਮਹਾ ਤੁਸੀਂ ਸੋਚਿਆ ਹੋਵੇ ਮੈਂ ਮੁੜ ਕੇ ਜ਼ਿੰਦਗੀ 'ਚ ਨਹੀਂ ਕਰਨਾ? ਇੱਕ ਮੈਚ ਹੋਇਆ ਸੀ ਚੀਚੇ ਵਤਨੀ, 141-12 ਵਿੱਚ ਮੁੰਡੇ ਆਏ ਸੀ ਫੈਸਲਾਬਾਦ ਦੇ, ਅੱਗੇ ਪਿੱਛੇ ਸਾਰੇ ਇਕੱਠੇ ਸੀ ਪੂਰੇ ਪਾਕਿਸਤਾਨ ਦੇ, ਅਤੇ ਉਦੋਂ ਮੇਰੇ ਕੋਲ ਇੱਕ ਸਟਾਪ ਹੀ ਨਹੀਂ ਹੋਇਆ, ਅਤੇ ਉਸਤਾਦ ਮੇਰੇ ਨਾਲ ਬੜੇ ਗੁੱਸੇ ਹੋਏ, ਉਹਨਾਂ ਨੇ ਬੜੀ ਬਿਸਤੀ ਕੀਤੀ, ਮੈਨੂੰ ਸਮਝਾਇਆ ਸਭ ਕੁਝ ਕੀਤਾ, ਹਟ ਕੇ ਉਹਨੇ ਕਿਹਾ ਟ੍ਰੇਨਿੰਗ ਆ, ਟ੍ਰੇਨਿੰਗ ਕਰਕੇ ਫਿਰ ਦਿਖਾਈ। ਅੱਜ ਅਲਹਮਦੁਲਿਲਾ ਮੈਂ ਯੂਰਪ ਕੰਟਰੀ ਦਾ ਟੂਰ ਕਰਕੇ ਆਇਆ ਸਾਊਥ ਅਫਰੀਕਾ ਦਾ, ਉਸਤਾਦ ਦੀ ਬਸ ਮਿਹਨਤ ਦੇ ਨਾਲ। ਬਿਲਕੁਲ ਜੀ, ਇਹ ਉਹ ਬੂਟੇ ਨੇ ਜਿਹੜੇ ਭਾਈ ਸ਼ਾਹਦ ਇਕਬਾਲ ਜੱਟ ਸਾਹਿਬ ਨੇ ਛੋਟੇ ਜਿਹੇ ਲਾ ਕੇ ਉਹਨਾਂ ਨੂੰ ਪਾਣੀ ਦਿੱਤਾ, ਉਹਨਾਂ ਨੂੰ ਜੇਬੀ 'ਚੋਂ ਖੁਰਾਕਾਂ ਖਵਾਈਆਂ, ਉਹਨਾਂ ਦਾ ਖਿਆਲ ਕੀਤਾ, ਅਤੇ ਅੱਜ ਉਹ ਜਿਹੜੇ ਬੂਟੇ ਨੇ ਬਿਲਕੁਲ ਫਲ ਦਿੰਦੇ ਨੇ, ਅਤੇ ਸਾਹੀਵਾਲ ਦਾ ਨਾਮ ਕੱਢਦੇ ਪਏ ਨੇ, ਅਤੇ ਆਪਣਾ ਬਰਸਰੇ ਰੋਜ਼ਗਾਰ ਵੀ ਨੇ, ਅਤੇ ਅੱਲਾਹ ਪਾਕ ਨੇ ਇਹਨਾਂ ਨੂੰ ਬੜੀ ਇੱਜ਼ਤ ਨਾਲ ਨਵਾਜਿਆ। ਆਪਾਂ ਪਹੁੰਚਦੇ ਹਾਂ ਛੋਟੇ ਮੋਹਸਨ ਸ਼ਾਹ ਕੋਲ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਸ਼ਾਹ ਜੀ, ਕੀ ਹਾਲ ਚਾਲ ਹੈ ਤੁਹਾਡਾ? ਠੀਕ, ਸ਼ੁਕਰ ਅੱਲਾਹ ਦਾ ਵੀਰ ਜੀ, ਵਧੀਆ। ਸ਼ਾਹ ਜੀ, ਕਿੱਦੋਂ ਕੁ ਕਬੱਡੀ ਦਾ ਆਗਾਜ਼ ਕੀਤਾ? ਮੈਨੂੰ 2 ਸਾਲ ਹੋ ਗਏ ਜੀ। ਯਾਨੀ ਕਿ 2 ਸਾਲ ਤੋਂ ਤੁਸੀਂ ਕਬੱਡੀ ਦੇ ਆਗਾਜ਼ ਦੇ ਵਿੱਚ ਸ਼ਾਮਿਲ ਜੇ, ਅਤੇ ਮੈਂ ਅਕਸਰ ਦੇਖਿਆ ਕਿ ਤੁਹਾਡੇ ਵਾਲਦ ਸਾਹਿਬ ਵੀ ਗਰਾਊਂਡ 'ਚ ਆ ਜਾਂਦੇ ਨੇ, ਕੀ ਗੱਲ, ਉਹ ਵੀ ਕਬੱਡੀ ਨਾਲ ਪਿਆਰ ਕਰਦੇ ਜਾਂ ਖੇਡਦੇ ਰਹੇ? ਨਹੀਂ ਜੀ, ਉਹ ਕਬੱਡੀ ਖੇਡਦੇ ਰਹੇ ਆ। ਦਰਅਸਲ ਸ਼ੌਕ ਵੀ ਮੈਨੂੰ ਉੱਥੋਂ ਹੀ ਹੋਇਆ ਵਾ, ਮੈਂ ਦਰਅਸਲ ਉਹਨਾਂ ਦਾ ਮੈਚ ਵੇਖਿਆ ਸੀ ਇੱਕ, ਆਪਣੇ ਹੀ ਵਾਲਦ ਸਾਹਿਬ ਦਾ ਮੈਚ ਤੁਸੀਂ ਦੇਖਣ ਚ? ਆਪਣੇ ਵਾਲਦ ਸਾਹਿਬ ਦਾ ਮੈਚ ਵੇਖਿਆ, ਅਤੇ ਉੱਥੋਂ ਹੀ ਮੈਨੂੰ ਸ਼ੌਕ ਪਿਆ, ਫਿਰ ਮੈਂ ਇੱਥੇ ਉਸਤਾਦ ਸ਼ਾਹਦ ਕੋਲ ਆਇਆ, ਉਹਨਾਂ ਨੇ ਮੈਨੂੰ ਸ਼ਹੀਦੀ 'ਚ ਰੱਖਿਆ। ਅੱਛਾ, ਮੈਂ ਇੱਕ ਸਵਾਲ ਪੇਸ਼ ਗੱਲ ਕਰਨ ਲੱਗਾ, ਉਹਦਾ ਹਰਗਿਜ਼ ਵੀ ਗਲਤ ਮਤਲਬ ਨਾਜ਼ਰੀਨ ਤੁਸੀਂ ਵੀ ਨਹੀਂ ਲੈਣਾ, ਬੜੇ ਕੋਚ ਨੇ, ਭਾਈ ਸ਼ਾਹਦ ਦੀ ਕੋਈ ਐਸੀ ਖਾਸੀਅਤ ਤੁਹਾਨੂੰ ਜਿਹੜੀ ਪਸੰਦ ਆਈ ਉਹ ਦੱਸੋ। ਦਰਅਸਲ ਜੀ, ਉਹ ਮੁੰਡਿਆਂ ਨਾਲ ਇੱਕ ਪਿਆਰ ਵੀ ਕਰਦੇ ਆ, ਅਤੇ ਜਿੱਥੇ ਉਹਨਾਂ ਦੀ ਕੋਈ ਗਲਤੀ ਹੋਵੇ ਉੱਥੇ ਦੱਸਦੇ ਵੀ ਇੱਦਾਂ ਨਹੀਂ ਇੱਦਾਂ, ਬਹੁਤ ਵਧੀਆ ਨੇ ਜੀ, ਸਾਨੂੰ ਬਹੁਤ ਚੰਗੇ ਲੱਗੇ ਇਹਨਾਂ ਨਾਲ। ਸਰ ਨਾਲ ਉਹ ਮੇਰੇ ਵਾਲਦ ਸਾਹਿਬ ਦੇ ਖੇਡਦੇ ਵੀ ਰਹੇ, ਇਸ ਵਜ੍ਹਾ ਨਾਲ ਫਿਰ ਉਹ। ਦਰਅਸਲ ਇਸ ਬੰਦੇ ਨੇ ਇੱਕ ਖੂਬੀ ਦੱਸ ਦਿੱਤੀ, ਉਹ ਖੂਬੀ ਮੈਂ ਦੱਸਦਾ ਕਿ ਕਬੱਡੀ ਦੇ ਵਿੱਚ ਨਾ ਜੀ ਸੱਟ ਲੱਗ ਜਾਂਦੀ ਹੈ, ਕਿਸੇ ਪਲੇਅਰ ਨੂੰ ਸੱਟ ਲੱਗ ਜਾਵੇ ਨਾ ਤਾਂ ਉਹਦੇ ਸਕੇ ਭੈਣ ਭਰਾ ਛੱਡ ਜਾਂਦੇ ਨੇ, ਅਤੇ ਭਾਈ ਸ਼ਾਹਦ ਦੀ ਅੱਜ ਕੰਢ ਸੁਣਦੀ ਆ ਕਿ ਉਹਨਾਂ ਨੇ ਆਪਣੀ ਜੇਬੀ ਦੇ ਵਿੱਚੋਂ ਵੀ ਨੌਜਵਾਨਾਂ ਦਾ, ਉਹਨਾਂ ਭਲਵਾਨਾਂ ਦਾ ਖਰਚਾ ਕੀਤਾ, ਉਹਨਾਂ ਦੀਆਂ ਸਾਰੀਆਂ ਗੇੜੇ ਖਿਆਲ ਕੀਤੇ ਨੇ, ਉਹਨਾਂ ਦੀ ਖੁਰਾਕ ਪੂਰੀ ਕੀਤੀ ਆ, ਇਹ ਭਾਈ ਸ਼ਾਹਦ ਇਕਬਾਲ ਜੱਟ ਸਾਹਿਬ ਦਾ ਵਾਧਾ ਵਾ। ਉਹ ਅਗਰ ਇੰਨੀ ਮਿਹਨਤ ਕਰਦੇ ਨੇ ਤਾਂ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਜਾਨ ਦੇਣ ਲਈ ਵੀ ਤਿਆਰ ਨੇ, ਅਤੇ ਸਰ ਜੀ ਤੁਸੀਂ ਨੌਜਵਾਨਾਂ ਨੂੰ ਕੀ ਪੈਗਾਮ ਦਿਓਗੇ ਜਿਹੜੇ ਦੁਨੀਆ 'ਤੇ ਮੁੰਡੇ ਨਸ਼ਾ ਕਰਦੇ ਨੇ ਉਹਨਾਂ ਦੇ ਬਾਰੇ? ਸਾਡਾ ਪੈਗਾਮ ਇਹ ਹੈ ਜੀ ਕਿ ਗਰਾਊਂਡਾਂ 'ਚ ਆਉਣ, ਗਰਾਊਂਡਾਂ 'ਚ ਆਉਣਗੇ ਅਤੇ ਨਸ਼ੇ ਪੱਤੇ ਤੋਂ ਬਚਣਗੇ, ਸਾਡੇ ਹਸਪਤਾਲ ਵੀਰਾਨ ਹੋਣਗੇ, ਗਰਾਊਂਡ ਆਬਾਦ ਹੋਣਗੇ ਜੀ, ਇਹੀ ਪੈਗਾਮ ਆ ਮੇਰਾ ਜੀ। ਚਲੋ, ਬੜੀ ਮਿਹਰਬਾਨੀ ਭਾਈ ਮੋਹਸਨ, ਤੁਸੀਂ ਸਾਨੂੰ ਟਾਈਮ ਦਿੱਤਾ, ਸਾਡੇ ਨਾਲ ਜੁੜਿਆ ਰਹੇ ਜੀ। ਤੁਹਾਡਾ ਆਪਣਾ ਚੈਨਲ ਹੈਪੀ ਪੰਜਾਬ।